ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਸਾਨਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਕਪੂਰਥਲਾ ਸ਼ਹਿਰ, ਮੇਨ ਕਪੂਰਥਲੇ ਸ਼ਹਿਰ ਦੇ ਵਿੱਚੋਂ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਅਤੇ ਜ਼ਿਲ੍ਹਾ ਵੀ ਕਪੂਰਥਲਾ। ਅੱਜ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਆ ਚੰਗੀਆਂ ਗਾਵਾਂ ਘੱਟ ਰੇਟ ਵਿੱਚ, ਅੱਜ ਉਹਨਾਂ ਵੀਰਾਂ ਵਾਸਤੇ ਜਿਹੜੀਆਂ ਦੋ ਗਾਵਾਂ ਦਿਖਾਉਣੀਆਂ। ਅੱਜ ਆਪਾਂ ਮਣੀ ਭਾਅ ਜੀ ਮਣੀ ਲੋਰੀਆ ਕੋਲ ਪਹੁੰਚੇ ਹਾਂ, ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਜਿਹੜੀਆਂ ਬਿਲਕੁਲ ਹੌਲੇ ਭਾਅ ਦੀਆਂ ਜਿਹੜੀਆਂ ਦਿਖਾਉਣੀਆਂ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ? ਵਧੀਆ ਚੱਲੀ ਜਾਂਦਾ ਜੀ ਕੰਮ ਕਾਰ। ਨਾਮ ਦੱਸ ਦੇ ਵੀਰ ਜੀ ਕਰੀ ਆਪਣਾ। ਮੇਰਾ ਹੈਗਾ ਮਨੀ ਲੋਰੀਆ ਜੀ। ਹਾਂਜੀ, ਐਡਰੈਸ ਹੈਗਾ ਆਪਣਾ ਕਪੂਰਥਲਾ ਸ਼ਹਿਰ ਜੀ, ਜ਼ਿਲ੍ਹਾ ਵੀ ਕਪੂਰਥਲਾ ਜੀ। ਕਪੂਰਥਲੇ 'ਚ ਕਿੱਥੇ ਕੁ ਪੈ ਜਾਂਦਾ ਜੀ? ਆਪਣਾ ਅੰਮ੍ਰਿਤਸਰ ਚੁੰਗੀ ਜੀ। ਅੰਮ੍ਰਿਤਸਰ ਚੁੰਗੀ, ਮਾਰਕਫੈਡ ਚੌਂਕ ਅੰਮ੍ਰਿਤਸਰ ਚੁੰਗੀ ਜੀ। ਠੀਕ ਹੈ ਜੀ, ਲਾਗੇ ਆਪਣੇ ਸੁਭਾਨਪੁਰ ਹੈ ਜੀ। ਅਤੇ ਫੋਨ ਨੰਬਰ ਬੋਲ ਦਿਓ ਕਰੀ। ਫੋਨ ਨੰਬਰ 708-721-6617। ਫਿਰ ਬੋਲ ਦਿਓ ਕਰੀ, 708-721-6617। ਠੀਕ ਹੈ ਜੀ। ਅਤੇ ਅੱਜ ਵੀਰ ਜੀ ਫਿਰ ਦੋ ਪਸ਼ੂ ਵਿਕਾਊ ਕੀਤੇ ਜੀ? ਦੋ ਪਸ਼ੂ ਆਪਣੇ ਕੋਲ ਵਿਕਾਊ ਜੀ। ਅੱਜ ਫਿਰ ਕਿੰਨੇ ਤੋਂ ਗਾਂ ਸ਼ੁਰੂ ਹੋਣੀ ਆਪਣੇ ਤੋਂ? ਅੱਜ ਆਪਣੀ 6000 ਤੋਂ ਗਾਂ ਸ਼ੁਰੂ ਹੋਈ। 6000 ਤੋਂ ਗਾਂ ਸ਼ੁਰੂ ਅੱਜ? ਹਾਂਜੀ ਹਾਂਜੀ। ਠੀਕ, ਗਾਵਾਂ ਤੇ ਦੋਵੇਂ ਬਰੀਡ ਵਾਲੀਆਂ ਵਾ ਤੇ 6000 ਚ ਚੱਕਰੇ ਜੀ, ਦੁੱਧ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਗਾਈਆਂ ਜੀ। ਠੀਕ ਹੈ ਜੀ, ਮੁੱਲ ਜ਼ਿਆਦਾ ਨਹੀਂ ਹੁੰਦਾ, ਬੜਾ ਮਾਰਜਨ ਨਹੀਂ ਰੱਖੀਦਾ ਆਪਾਂ ਜੀ। ਅੱਛਾ ਜੀ, ਹਾਂਜੀ ਹਾਂਜੀ। ਠੀਕ ਆ, ਸ਼ੁਰੂ ਕਰੀਏ ਫਿਰ। ਸਭ ਤੋਂ ਪਹਿਲਾਂ ਜਿਹੜੀ ਆਹ ਵਾਲੀ ਗਾਂ ਪਹਿਲੇ ਨੰਬਰ ਤੇ ਖਲੋਤੀ ਆ, ਇਹਦੇ ਥੱਲੇ 11 ਕਿਲੋ ਦੁੱਧ ਆ ਜੀ। ਅੱਛਾ ਜੀ, 11 ਕਿਲੋ ਦੁੱਧ ਪੱਕਾ ਆ ਜੀ, 11:30 ਨਿਕਲੂਗਾ ਜੀ, 11 ਕਿਲੋ ਕਹਿੰਦੇ ਆ। ਅੱਛਾ ਜੀ, ਇਸ ਟਾਈਮ ਪੂਰਾ ਤਿਆਰ ਹੈ? ਤਿਆਰ ਹੈ 11 ਕਿਲੋ। ਤੇ ਸੂਈ ਦਾ ਪਤਾ ਕਿੰਨਾ ਚਿਰ ਹੋ ਗਿਆ ਜੀ? ਹੋ ਗਿਆ ਭਾਈ 4-5 ਮਹੀਨੇ ਹੋ ਗਏ ਸੂਈ। 4-5 ਮਹੀਨੇ ਹੋ ਗਏ ਸੂਈ ਨੂੰ? ਤੇ ਗਾਂ ਗੱਬਨ ਹੋਈ ਗਿਆ ਨਹੀਂ? ਹਲੇ ਗੱਬਨ ਨਹੀਂ ਹੋਈ ਜੀ। ਅੱਛਾ, ਹਲੇ ਗੱਬਨ ਨਹੀਂ ਹੋਈ। ਤੇ ਦੁੱਧ ਜਿਹੜਾ ਇੰਨਾ 11 ਕਿਲੋ ਦੁੱਧ ਪੱਕਾ ਹੋਊ, ਵੱਧ ਹੋਊਗਾ ਜੀ, ਘੱਟ ਨਹੀਂ ਹੁੰਦਾ ਜਿਆਦਾ। ਅੱਛਾ ਜੀ, ਠੀਕ ਹੈ ਜੀ। ਤੇ ਸੂਆ ਕਿੰਨਾ ਜੇ ਦਾ? ਸੂਆ ਤੀਜਾ ਸੂਆ ਜੀ। ਤੀਸਰਾ ਸੂਆ ਦੋਸਤੋ, ਥਣ ਹਵਾਨਾ ਇੱਕ ਕਰੀਏ ਦਾ ਤੁਸੀਂ ਦੇਖ ਸਕਦੇ ਜੀ, ਸੋਹਣਾ ਥਣ ਹਵਾਨਾ ਜਿਹੜਾ ਇਹਦੇ ਲੱਗਾ। ਹਾਂਜੀ ਵੀਰ ਜੀ, ਇਹਨੂੰ ਤੋੜ ਕੇ ਵਿਖਾਈਏ ਜੀ ਇੱਕ ਵਾਰੀ। ਹਾਂ ਦੋਸਤੋ, ਇੱਕ ਵਾਰੀ ਤੁਸੀਂ ਦੇਖ ਸਕਦੇ ਜੀ ਇਹਦੀ ਫੇਸ ਕੁਆਲਿਟੀ ਅਤੇ ਰੰਗ ਰੂਪ। ਹਾਂਜੀ ਆ ਜਾਓ ਵੀਰ ਜੀ, ਲੈ ਆਓ ਜੀ ਹਵਾਨਾ ਇੱਕ ਵਾਰੀ, ਤੁਹਾਨੂੰ ਲਾਗੇ ਤੋਂ ਜ਼ਰੂਰ ਦਿਖਾਵਾਂਗੇ। ਦੁੱਧ ਇਸ ਟਾਈਮ ਜਿਹੜਾ ਵੀਰ ਜੀ ਹੋਣੀ 11 ਲੀਟਰ ਜਿਹੜਾ ਤਿਆਰ ਦੱਸਦੇ ਆ, ਅਤੇ ਸੂਈ ਦਾ ਟਾਈਮ ਹੋਵੇ ਜਿਹੜਾ ਵੀਰ ਜੀ ਉਹਨਾਂ ਨੇ ਆਪਣੇ ਦੱਸਤਾ, ਅਤੇ ਬਾਕੀ ਰੰਗ ਰੂਪ ਅਤੇ ਕੱਦ ਕਾਠ ਜਿਹੜਾ ਇਹਦਾ ਤੁਸੀਂ ਦੇਖ ਸਕਦੇ ਜੀ, ਸੋਹਣਾ ਰੰਗ ਰੂਪ ਅਤੇ ਸੋਹਣਾ ਕੱਦ ਕਾਠ। ਅਤੇ ਇਹਨੇ ਵੀਰ ਜੀ ਸੱਜਰ ਸੂਈ ਨੇ ਕਿੰਨਾ ਕੁ ਦੁੱਧ ਕੱਢਿਆ ਜੀ? ਅੱਛਾ, 25 ਕਿਲੋ ਦੁੱਧ ਸੀ। ਠੀਕ ਹੈ ਜੀ, ਅਤੇ ਇਹਦਾ ਕੀ ਮੁੱਲ ਕਰਦੇ ਜੀ? ਫਿਰ ਕਿੰਨਾ ਕੁ ਜਾਇਜ਼? 18,000 ਰੁਪਈਏ ਦੀ ਦੇਣੀ ਹੈ ਜੀ। 18,000 ਦੀ, ਅਤੇ ਮਾਨ ਤਾਨ 18 ਚ? ਮਾਨ ਤਾਨ ਕਰ ਦਾਂਗੇ। ਅੱਛਾ, ਉਹ ਚੋਂ ਵੀ ਕਰ ਦੋਗੇ? ਠੀਕ ਹੈ ਜੀ। ਹਾਂ ਦੋਸਤੋ, ਹੁਣ ਦੂਸਰੇ ਨੰਬਰ 'ਤੇ ਇੱਕ ਤੁਹਾਨੂੰ ਹੋਰ ਮੂੰਹ ਇਹਦਾ ਦੋਸਤੋ ਬੜਾ ਸੋਹਣਾ, ਬੜਾ ਪਿਆਰਾ ਜਿਹਾ ਇਹਦਾ ਫੇਸ ਆ, ਅਤੇ ਕੱਦ ਕਾਠ ਵੀ ਜਿਹੜਾ ਚੰਗਾ ਤਗੜਾ ਹੈ। ਅਤੇ ਹਵਾਨਾ ਤੁਸੀਂ ਇੱਕ ਵਾਰੀ ਇਹਦਾ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਇਹਦੇ ਬਾਰੇ ਵੀ ਦੱਸ ਦਿਓ ਜੀ। ਭਾਅ ਜੀ ਇਹਦੇ ਥੱਲੇ 5 ਕਿਲੋ ਦੁੱਧ ਪੱਕਾ ਆ ਜੀ। ਅੱਛਾ, 5 ਕਿਲੋ। ਹਾਂਜੀ, ਠੀਕ ਆ। ਤਿੰਨ ਤਰੀਕ ਨੂੰ ਇਹਦੇ ਟੀਕਾ ਲੱਗਾ ਹੈ ਜੀ। 3 ਤਰੀਕ ਨੂੰ? ਹਾਂ, 3 ਤਰੀਕ ਨੂੰ ਟੀਕਾ। ਕਿੰਨੇ ਦਿਨ ਹੋ ਗਏ ਆ? ਆਪੇ ਹਿਸਾਬ ਲਾ ਲਓ ਬਾਈ, ਤਰੀਕ ਨਹੀਂ ਹੋ ਗਈ ਜੀ, ਹਿਸਾਬ ਨਾਲ। ਠੀਕ ਆ, ਮਤਲਬ 5-6 ਦਿਨ ਹੋ ਗਏ ਆ? 6 ਦਿਨ ਹੋ ਗਏ ਟੀਕਾ ਲੱਗੇ ਨੂੰ। ਅੱਛਾ ਜੀ,
ਠੀਕ ਆ ਤੇ ਹਲੇ ਮਤਲਬ ਉਤਨਾ ਚੈੱਕ 5-6 ਦਿਨ ਹੋਏ ਟੀਕਾ ਪਰ ਟੀਕਾ ਲੱਗਾ ਹੀ ਆ ਪਰ ਉਦਾਂ ਉਮੀਦ ਹੈਗੀ ਆ ਭਾਜੀ। ਅੱਛਾ ਜੀ, ਹਾਂਜੀ ਹਾਂਜੀ, ਕੋਈ ਹਰਕਤ ਨਹੀਂ ਕੀਤੀ ਉਹ ਜੀ ਕੇ ਨਾ ਬੰਨ ਵਾਲੀ। ਹਾਂਜੀ ਹਾਂਜੀ, ਤੇ ਕਿੰਨਵਾਂ ਸੁਬਾ ਆਏ ਹੁਣ ਚੱਲਣ ਦੀ? ਦੂਜੇ ਸੂਈ ਹੋਈ ਹੈ ਜੀ। ਦੂਜੇ ਸੂਈ ਸੂਈ ਹੈ, ਤੀਸਰੇ ਲਈ ਗਾਂ ਤੋਂ ਹੀ ਟੀਕਾ ਭਰਾਇਆ। ਤੇ ਇਹਨੇ ਸੱਜਰ ਸੂਈ ਨੇ ਕਿੰਨਾ ਕੁ ਦੁੱਧ ਦਿੱਤਾ? ਇਹਦੇ 21-22 ਕਿਲੋ ਦਾ ਰਿਕਾਰਡ ਆ ਜੀ। 21-22 ਕਿਲੋ ਦਾ? ਹਾਂਜੀ ਹਾਂਜੀ, ਠੀਕ ਆ। ਤੇ ਹੁਣ ਜਿਹੜਾ 5 ਲੀਟਰ ਪੂਰਾ ਤਿਆਰ ਹੈ, ਪੂਰਾ ਤਿਆਰ ਹੈ ਜੀ। ਇੱਕ ਵਾਰੀ ਫੇਸ ਕੁਆਲਿਟੀ ਇਹਦੀ ਦਿਖਾ ਦਈਏ ਬਰੀਡ ਵਾਲੀ। ਦੋਸਤੋ ਇਹ ਜਿਹੜੀ ਵੈੜ ਆ ਤੇ ਭਾਰ ਜਿਹੜੀ ਗਾਂ ਹੁਣ ਤੋਕੜ ਆ, ਤੇ ਰੇਟ ਵੀ ਜਿਹੜਾ ਵੀਰ ਨੇ ਉਸ ਹਿਸਾਬ ਨਾਲ ਇਹਦਾ ਕਰਨਾ। ਹਾਂਜੀ ਵੀਰ ਜੀ, ਇਹਨਾਂ ਵੀ ਤੋਰ ਕੇ ਵਿਖਾਈਏ ਜੀ ਇੱਕ ਵਾਰੀ। ਫੇਸ ਕੁਆਲਿਟੀ ਇੱਕ ਵਾਰੀ ਇਹਦੀ ਜਿਹੜੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਜੀ। ਬਾਕੀ ਰੰਗ ਰੂਪ ਤੇ ਕੱਦ ਕਾਠ ਚੰਗਾ ਤਕੜਾ, ਤੇ ਹਵਾਨਾ ਪਿੱਛੇ ਤੋਂ ਵੀ ਚੰਗਾ। ਹਵਾਨਾ ਪਿੱਛੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਦੋਸਤੋ। ਵੱਡੇ ਢਾਂਚੇ ਦੀ ਤੇ ਵੱਡੇ ਕੱਦ ਕਾਠ ਵਾਲੀ ਹੈ। ਜੇ ਕੋਈ ਸਾਂਭ ਵਾਲਾ ਵੀਰ ਲੈ ਜਾਂਦਾ ਹੈ, ਜੇ ਸੂਣ ਵਾਲੀ ਨਿਕਲ ਆਉਂਦੀ ਆ ਤੇ ਵੀ ਦੋਸਤੋ ਫਿਰ ਅਗਲੇ ਦੀ ਕਿਸਮਤ। ਬਾਕੀ ਰੰਗ ਰੂਪ ਤੇ ਕੱਦ ਕਾਠ ਚੰਗਾ, ਬਾਕੀ ਤੋਕੜ ਹੈਗੀ ਆ ਤੇ ਰੇਟ ਵੀ ਜਿਹੜਾ ਤੋਕੜ ਵਾਲਾ ਵੀਰ ਕਰਨਾ। ਹਾਂਜੀ ਹਾਂਜੀ ਹਾਂਜੀ, ਐਫ ਡੀ ਆ ਫਿਰ ਤੇ, ਠੀਕ ਹੈ ਜੀ ਠੀਕ ਆ। ਜਿੰਨੇ ਦੀ ਇਹ ਗਾਂ ਮੈਨੂੰ ਲੱਗਦਾ ਓਨੇ ਦਾ ਤੇ ਇਹਨੇ ਮਹੀਨੇ ਚ ਦੁੱਧ ਹੀ ਦੇ ਦੇਣਾ ਵਾ। ਕੀ ਰੇਟ ਕਰਦੇ ਜੀ ਹਰੇ ਦਾ? ਰੇਟ ਭਾਜੀ ਇਹਦਾ 6000 ਰੁਪਈਆ ਜੀ। 6000 ਤੇ ਉੱਚ ਮਾਨਤਨ ਕਰੋਗੇ? ਅੱਛਾ, ਉੱਚ ਮਾਨਤਨ ਕਰ ਦੇਣਾ। ਤੇ ਜੋੜਾ ਕਿੰਨੇ ਦਾ ਦੇ ਦੇਣਾ ਫਿਰ ਅੱਜ? ਜੋੜਾ ਜੇ ਕੋਈ ਜੋੜਾ ਜਾਂਦਾ ਜੀ। ਅੱਛਾ ਜੀ, ਆਪਾਂ 25000 ਦਾ ਜੋੜਾ ਦੇ ਦਾਂਗੇ। ਨਹੀਂ 25 ਦਾ ਕਿ ਇਤਨਾ ਮਤਲਬ ਆਪਣਾ ਤੇ 24 ਦਾ ਤੇ ਬੰਦਾ ਹੈ, ਵੱਧ ਕਰ ਦੇਣਾ। ਅੱਛਾ 24000 ਦਾ ਜੋੜਾ ਦੇ ਦਾਂਗੇ। ਅੱਛਾ 24 ਦਾ ਜੋੜਾ ਉੱਚ ਮਾਨਤਨ ਕਰਨਾ। ਅੱਛਾ ਜੀ, 24000 ਦਾ ਜੋੜਾ ਦੋਸਤੋ ਆ ਦੇਖ ਸਕਦੇ ਜੇ ਤੁਸੀਂ। ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਆਪਣਾ ਆਵੇ ਇੱਥੇ, ਤਸੱਲੀ ਕਰਕੇ ਲਿਜਾ ਸਕਦਾ ਜੀ। ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਰ ਜੀ ਉਹਨਾਂ ਨਾਲ ਫੋਨ 'ਤੇ ਸੰਪਰਕ ਕਰ ਸਕਦੇ ਜੇ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।